ਉਹ ਇੱਥੋਂ ਆਪਣੇ ਪਿੰਡ ਜਾ ਰਹੇ ਉਨੇ ਨੂੰ, ਤੇ ਉਹਨਾਂ ਨੂੰ ਰਸਤੇ ਦੇ ਵਿੱਚ ਜੋ ਉਹਨਾਂ ਨੇ ਦੱਸਿਆ ਕਿ ਸਾਨੂੰ ਕਿਸੇ ਚੀਜ਼ ਨਾਲ ਸਾਡੇ ਤੇ ਵਾਰ ਕੀਤਾ ਗਿਆ, ਉਹ ਅਸੀਂ ਕੱਲ ਹੀ ਉਹਨਾਂ ਦੀ ਸਟੇਟਮੈਂਟ ਲਈ ਹੈ। ਪਹਿਲੇ ਉਹਨਾਂ ਨੇ ਕੋਈ ਵੀ ਸਾਨੂੰ ਸਟੇਟਮੈਂਟ ਨਹੀਂ ਦਿੱਤੀ ਸੀਗੀ। ਕੱਲ ਜਦੋਂ ਸਟੇਟਮੈਂਟ ਦਿੱਤੀ ਉਹਦੇ ਆਧਾਰ ਤੇ ਅਸੀਂ FIR ਜਿਹੜੀ ਹੈ ਲੌਜ ਕਰਤੀ 150 150, ਉਹਦੇ 341 427 ਜੋ ਗੱਡੀ ਦਾ ਨੁਕਸਾਨ ਹੋਇਆ ਸੀ, ਜੋ ਚੀਜ਼ ਮਾਰੀ ਇਹਨਾਂ ਨੇ, ਜੋ ਡੈਂਟ ਪਿਆ ਸੀਗਾ। ਪਰ ਇਹ ਜਿਹੜੇ ਬੰਦੇ ਅਸੀਂ ਦੋ ਫੜੇ ਆ, ਬੋਧ ਰਾਜ ਤੇ ਪਵਨ ਕੁਮਾਰ, ਚੱਕ ਸਾਧੋ ਦੇ ਹੈਗੇ ਆ, ਇਹ ਸਦਰ ਏਰੀਏ ਦੇ ਵਿੱਚ ਇਹਨਾਂ ਦਾ ਪਿੰਡ ਹੈਗਾ। ਤੇ ਇਹਨਾਂ ਨੂੰ ਜਿਹੜਾ ਅਸੀਂ ਪੁਲਿਸ ਨੇ 12 ਘੰਟਿਆਂ ਦੇ ਵਿੱਚ ਵਿੱਚ ਹੀ ਟਰੇਸ ਕਰ ਲਿਆ, ਮਾਨਯੋਗ SSP ਸਾਹਿਬ ਦੀਆਂ ਹਦਾਇਤਾਂ ਤੇ ਅਸੀਂ ਜਿਹੜੀਆਂ ਟੀਮਾਂ ਤਿਆਰ ਕੀਤੀਆਂ, ਸਾਹਿਬ ਨੇ ਸਾਰੀਆਂ ਟੀਮਾਂ ਨੂੰ ਤਿਆਰ ਕਰਾ ਕੇ ਤੇ ਇਹਨਾਂ ਨੂੰ ਅਸੀਂ ਟਰੇਸ ਕਰ ਲਿਆ, ਕਿਉਂਕਿ 12 ਘੰਟਿਆਂ ਦੇ ਵਿੱਚ ਹੀ ਸਭ ਟਰੇਸ ਹੋ ਗਿਆ। ਇਹ ਇਹਨਾਂ ਦੀ ਪੁੱਛਗਿੱਛ ਜੋ ਕੀਤੀ ਅਸੀਂ, ਇਹਨਾਂ ਨੇ ਦੱਸਿਆ ਕਿ ਸਾਨੂੰ ਨਾ ਗੱਡੀ ਕੋਈ ਓਵਰਟੇਕ ਕਰ ਰਹੀ ਸੀਗੀ ਤੇ ਅਸੀਂ ਉੱਥੇ ਪਾਈਪ ਸੀਗੀ ਤੇ ਅਸੀਂ ਚੁੱਕੇ ਗਏ, ਉਹ ਗੱਡੀ ਤੇ ਮਾਰਤੀ ਆ। ਉਹਦੇ ਆਧਾਰ ਤੇ ਜੋ ਗੱਡੀ ਦਾ ਨੁਕਸਾਨ ਉਹਦੇ ਉੱਪਰ ਆਪਾਂ FIR 150 ਜਿਹੜੀ ਉਹ ਦਰਜ ਕਰਤੀ ਸੀਗੀ, 341 427 FIR ਨੰਬਰ 150 ਹੈਗਾ। ਤੇ ਇਹਨਾਂ ਦਾ ਜਿਹੜਾ ਕ੍ਰਿਮੀਨਲ ਰਿਕਾਰਡ ਵੀ ਅਸੀਂ ਚੈੱਕ ਕਰਾ ਰਹੇ ਹਾਂ, ਕੋਈ ਪਹਿਲੇ ਤਾਂ ਨਹੀਂ ਕੋਈ ਪਰਚੇ, ਹਾਲੀ ਤੱਕ ਕੋਈ ਵੀ ਇਹੋ ਜਿਹਾ ਚੀਜ਼ ਸਾਹਮਣੇ ਸਾਡੇ ਨਹੀਂ ਆਈ ਪੁਲਿਸ ਦੇ, ਜਿਹਨਾਂ ਦੇ ਕੋਈ ਵਰਖਿਲਾਫ਼ ਪਰਚੇ ਦਰਜ ਹੋਏ। ਪਰ ਇਹਨਾਂ ਨੇ ਉਸ ਦਿਨ ਸ਼ਰਾਬ ਪੀਤੀ ਹੋਈ ਸੀਗੀ, ਸ਼ਰਾਬ ਦੇ ਨਸ਼ੇ ਦੇ ਵਿੱਚ ਇਹਨਾਂ ਨੇ ਜਿਹੜਾ ਇਹ ਕਾਰਵਾਈ ਕੀਤੀ ਆ। ਖੋਹ ਦੀ ਕੋਈ ਵੀ ਇਹੀ ਮਨਸਾ ਨਹੀਂ ਸੀਗੀ ਇਹਨਾਂ ਦੀ, ਇਹਨਾਂ ਦੇ ਮੁਤਾਬਕ ਦੱਸਣ ਦੇ ਮੁਤਾਬਕ ਕਿ ਸਾਨੂੰ ਓਵਰਟੇਕ ਕੀਤਾ ਗੱਡੀ ਨੇ, ਇਸ ਕਰਕੇ ਅਸੀਂ ਜਿਹੜੀ ਆ ਉਹ ਪਾਈਪ ਸੀਗੀ ਲੋਹੇ ਦੀ ਉਹ ਗੱਡੀ ਨੇ ਮਾਰਤੀ। ਦੇਖ ਰਹੇ ਹਾਂ ਕਿ ਦੋ ਜਣੇ ਸੀ, ਇਸ ਤੋਂ ਵੱਧ ਨਹੀਂ ਜਣੇ? ਨਹੀਂ, ਇਹ ਸਿਰਫ ਦੋ ਹੀ ਬੰਦੇ ਸੀਗੇ, ਬੋਧ ਰਾਜ ਤੇ ਪਵਨ ਕੁਮਾਰ, ਇਹੀ ਦੋ ਬੰਦੇ ਸੀਗੇ ਜੋ ਸਕੂਟਰੀ ਤੇ ਜਾ ਰਹੇ ਸੀਗੇ। MLA ਸਾਹਿਬ ਨੇ ਦੱਸਿਆ ਸੀਗਾ ਕਿ ਮੋਟਰਸਾਈਕਲ ਤੇ ਨਹੀਂ, ਇਹ ਸਕੂਟਰੀ ਤੇ ਸੀਗੇ, ਐਕਟਿਵਾ ਤੇ ਸੀਗੇ। ਨਹੀਂ, ਪੋਲੀਟੀਕਲ ਪਾਰਟੀ ਨਾਲ ਕੋਈ ਸੰਬੰਧ ਨਹੀਂ ਆ ਇਹਨਾਂ ਦੇ। ਹਾਂ, ਇਹਨਾਂ ਪਤਾ ਲੱਗਿਆ ਕਿ ਕੋਈ ਸਾਬਕਾ ਸਰਪੰਚ ਸੀਗੇ ਉਹਨਾਂ ਦਾ, ਇੱਕ ਬੇਟਾ, ਇੱਕ ਮੈਂਬਰ ਪੰਚਾਇਤ ਦਾ ਬੇਟਾ ਹੈਗਾ। ਪਰ ਜੋ ਵੀ ਇਹਨਾਂ ਨੇ ਕੀਤਾ ਉਹ ਸ਼ਰਾਬ ਦੇ ਨਸ਼ੇ ਦੇ ਵਿੱਚ ਕੀਤਾ, ਖੋਹ ਦੀ ਕੋਈ ਵੀ ਇੱਦਾਂ ਦੀ ਕੋਈ ਗੱਲਬਾਤ ਨਹੀਂ ਆ, ਕੋਈ ਅਟੈਕ ਕਰਨ ਦੀ ਕੋਈ ਗੱਲਬਾਤ ਨਹੀਂ ਆ, ਤੇ ਇਹ ਸਾਰਾ ਜਿਹੜਾ ਇਹਨਾਂ ਨੇ ਸ਼ਰਾਬ ਦੇ ਹੀ ਨਸ਼ੇ ਦੇ ਵਿੱਚ ਕੀਤਾ। ਨਹੀਂ ਜੀ, ਐਕਟਿਵਾ ਤੇ ਸੀ। ਹਾਂਜੀ ਹਾਂ, ਨਹੀਂ ਕੋਈ ਸਾਜਿਸ਼ ਨਹੀਂ ਆ, ਇਹ ਸਿਰਫ ਨਸ਼ੇ ਦੇ ਤੌਰ ਨਸ਼ੇ ਨਸ਼ਾ ਕਰਕੇ ਜਦੋਂ ਸ਼ਰਾਬ ਪੀਤੀ ਹੋਈ ਸੀਗੀ ਉਸ ਤੌਰ ਤੇ ਇਹਨਾਂ ਨੂੰ ਇਹਨਾਂ ਨੇ ਕਿਹਾ। ਜਦੋਂ ਅਸੀਂ ਪੁੱਛਗਿੱਛ ਕੀਤੀ ਕਿ ਸਾਨੂੰ ਓਵਰਟੇਕ ਕੀਤਾ ਤਾਂ ਸਾਨੂੰ ਲੱਗਿਆ ਕਿ ਸਾਡੇ ਵੱਲ ਗੱਡੀ ਆ ਰਹੀ, ਤਾਂ ਇਸ ਕਰਕੇ ਅਸੀਂ ਜਿਹੜੀ ਆ ਉਹ ਪਾਈਪ ਉਹਨਾਂ ਦੀ ਗੱਡੀ ਦੇ ਮਾਰਤੀ ਆ। ਇਹੋ ਜਿਹਾ ਕੋਈ ਵੀ ਨਹੀਂ ਆ ਕਿ ਕੋਈ ਖੋਹ ਦੀ ਮਨਸਾ ਹੋਏ ਜਾਂ ਕੋਈ ਹੋਰ ਚੀਜ਼, ਸਿਰਫ ਨਸ਼ੇ ਦੇ ਉੱਪਰ ਹੀ ਇਹਨਾਂ ਨੇ ਸ਼ਰਾਬ ਪੀ ਕੇ ਹੀ ਇਹ ਕਾਰਵਾਈ ਕੀਤੀ ਆ। ਤੇ ਇਹਨਾਂ ਦੇ ਵਰਖਿਲਾਫ਼ ਜਿਹੜਾ ਪਰਚੇ ਅਸੀਂ ਦਰਜ ਕਰਤੇ ਆ, ਉਹਦੇ ਵਿੱਚ ਇਹਨਾਂ ਦੀ ਗ੍ਰਿਫਤਾਰੀਆਂ ਕਰ ਰਹੇ ਹਾਂ ਤੇ ਇਹਨਾਂ ਨੂੰ ਜੇਲ੍ਹ ਭੇਜਾਂਗੇ।